ਇਹ ਵਧੀਆ ਗੱਲਾਂ ਨਹੀਂ ਹੈਗੀਆਂ ਤੁਹਾਡੇ ਵਾਸਤੇ। ਝੂਠ ਬੋਲ ਕੇ ਮੁੰਡੇ ਨੂੰ ਰਿਸ਼ਤਾ ਲੈ ਲਿਆ, ਮੇਰੀ ਕੁੜੀ ਦੀ ਜ਼ਿੰਦਗੀ ਤਾਂ ਤੁਸੀਂ ਨੇ ਬਰਬਾਦ ਕਰਤੀ। ਅੱਜ ਕੱਲ੍ਹ ਇਹਦਾ ਇਲਾਜ ਹੈਗਾ, ਡਾਕਟਰ ਕਹਿੰਦੇ ਤਾਂ ਦੁਨੀਆ ਨੂੰ ਹੁੰਦੀ ਹੈ ਬਿਮਾਰੀ, ਇਹ 'ਚ ਕੀ ਵੱਡੀ ਗੱਲ ਹੈ ਕੋਈ। ਮੈਂ ਤਾਂ ਆਪਦੀ ਕੁੜੀ ਨੂੰ ਦੇਖਾ ਜੁਰੇ ਲੈਣ ਆਈ ਹਾਂ। ਕੁੜੀ ਚੱਲ ਪਾ ਬੈਗ 'ਚ ਕੱਪੜੇ, ਚੱਲ ਕੁੜੀ ਆ ਜਾ। ਰਿਪਰੀਤਾ ਕਰੀ ਹੈ ਪੁੱਤਾ? ਗੁਰੂ ਭਲਾ ਕਰੇ। ਜਬ ਤੂੰ ਚਾਹ ਲਿਆ ਕਿਤੇ ਭੂਆ ਨੂੰ? ਹੋਰ ਭੂਆ ਬੜੇ ਦਿਨਾਂ ਬਾਅਦ ਗੇੜਾ ਮਾਰਿਆ। ਨੀ ਪੁੱਤਾ, ਆ ਠੰਡ ਕਰਕੇ ਨੀ ਮੈਥੋਂ ਆਇਆ ਗਿਆ ਹੈਗਾ। ਅੱਛਾ, ਗੋਡੇ ਜੇ ਦੁਖਦੇ ਤੇ ਹਟ ਗਏ ਹੁਣ? ਹਾਂ ਹੁਣ ਤਾਂ ਹਟ ਗਏ ਪੁੱਤਾ, ਦਵਾਈ ਬੂਟੀ ਲੈ ਲਈ ਮੈਂ। ਅੱਛਾ ਚੱਲ ਵਧੀਆ, ਠੰਡ 'ਚ ਤਾਂ ਔਖੀ ਹੋ ਜਾਂਦਾ। ਇੱਕ ਢੂਈ ਦੱਬ ਕੇ ਲੈ ਜਾਂਦੇ ਇੱਕ ਆ ਗੋਡੇ। ਹੋਰ ਆ, ਹੋਰ ਘਰੇ ਪਰਿਵਾਰ ਸਾਰਾ ਠੀਕ? ਸਾਰੇ ਵਧੀਆ ਨੇਗੇ ਪੁੱਤਾ। ਚਲੋ ਠੀਕ ਹੀ ਚਾਹੀਦੇ ਨੇ। ਹੋਰ ਆ, ਹੋਰ ਭੂਆ ਕਿਵੇਂ ਆਉਣੇ ਹੋਏ ਫਿਰ ਅੱਜ? ਨੀ ਪੁੱਤਾ ਮੈਂ ਤਾਂ ਆਈ ਸੀ, ਤੁਸੀਂ ਰਿਸ਼ਤਾ ਦੇਖਦੇ ਪਰ ਤੋਂ ਕੁੜੀ ਦਾ। ਹਾਂ ਭੂਆ ਰਿਸ਼ਤਾ ਤਾਂ ਦੇਖਦੇ ਆ, ਪਰ ਕਰੀਏ ਕੀ, ਕੋਈ ਢੰਗ ਦਾ ਰਿਸ਼ਤੀ ਨਹੀਂ ਮਿਲਦਾ ਹੈਗਾ। ਨੀ ਪੁੱਤਾ ਮੇਰੇ ਜੇਠ ਦਾ ਮੁੰਡਾ ਹੈਗਾ, 2.5 ਕਿੱਲੇ ਜ਼ਮੀਨ ਦੇ ਆਉਂਦੇ ਨੇਗੇ, ਵਧੀਆ ਮੋਟਰਸਾਈਕਲਾਂ ਦੀ ਦੁਕਾਨ ਹੈਗੀ। ਅੱਛਾ, ਕਿੱਥੇ ਕਰੀ ਹੋਈ ਹੈ ਦੁਕਾਨ? ਲਹਿਰੇ ਕਰੀ ਹੋਈ ਹੈਗੀ। ਅੱਛਾ, ਲਹਿਰੇ ਕਰੀ ਹੋਈ ਹੈ। ਹਾਂ, ਵੀ ਮੋਟਰਸਾਈਕਲ ਸਮਾਰਦਾ ਹੁਣ? ਹਾਂ ਸਮਾਰਦਾ, ਜਿਹੜੀ ਸਰਵਿਸਾਂ ਜੀ ਕਰਦੇ ਨੇ। ਹਾਂ ਹਾਂ ਭੂਆ, ਪਤਾ ਕਿ ਰਿਸ਼ਤੇ ਵਾਲੇ ਤਾਂ ਆਉਂਦੇ ਨੇਗੇ ਬਥੇਰੇ, ਕਰੀਏ ਕੀ ਹੁਣ। ਪਰ ਤੈਨੂੰ ਪਤਾ ਐਂ ਡਰ ਲੱਗਦਾ ਵੀ ਕੋਈ ਨਸ਼ੇ ਪੱਤੇ ਵਾਲਾ ਟੱਕਰ ਜੇ, ਹੈ ਨਾ? ਤੈਨੂੰ ਸਾਡੇ ਘਰ ਦਾ ਵੀ ਪਤੀ ਹੈ, ਆਪਣੇ 'ਚ ਇੰਨੀ ਪਹੁੰਚ ਤਾਂ ਹੈ ਨਹੀਂ ਵੀ 5-10 ਕਿੱਲਿਆਂ ਨਾਲ ਪਾਲ ਕੇ ਕੋਈ ਕਰ ਦਾਂਗੇ, ਹੈ ਨਾ? ਇਸ ਗੱਲ ਦੀ ਡਰ ਹੈ ਸਾਨੂੰ, ਜ਼ਮੀਨ ਦੇ ਚਾਹੇ 2 ਫੁੱਟ ਚਾਹੇ ਘੱਟ ਹੋਣ, ਉਹਦਾ ਚੱਕਰ ਨਹੀਂ ਹੈਗਾ, ਪਰ ਮੁੰਡਾ ਨਸ਼ੇ ਤੋਂ ਰਹਿਤ ਹੋਵੇ। ਨਹੀਂ ਪੁੱਤ, ਨਸ਼ੇ ਤਾਂ ਇੰਨਾ ਵੀ ਨਹੀਂ ਹੈਗਾ। ਹਾਂ ਭੂਆ, ਜੇ ਵੀ ਨਹੀਂ ਹੈਗਾ, ਮੰਗ ਨਹੀਂ ਮੰਗਾਈ ਨਹੀਂ ਹੈਗੀ, ਐਸ ਕਰੂੰਗੀ ਕੁੜੀ। ਚਲੋ ਉਹ ਤਾਂ ਜਿੰਨੇ ਜੋਗੇ ਹੈਗੇ ਆ ਭੂਆ, ਦੇਖੋ ਉਹਨਾਂ ਕਾ ਤਾਂ ਅਸੀਂ ਦੇਵਾਂਗੇ, ਪਰ ਐਂ ਵੀ ਮੁੰਡੇ ਨੂੰ ਕੋਈ ਬੈਲ ਐਬ ਨਾ ਹੋਵੇ। ਨਾ ਨਾ, ਬੈਲ ਨਹੀਂ, ਮੈਂ ਜ਼ਿੰਮੇਵਾਰ ਹਾਂ। ਹੋਰ ਤੈਨੂੰ ਵੀ ਭੂਆ ਪਤਾ ਹੀ ਆ ਹੁਣ ਸਾਡੇ ਵੀ ਦੇਖ ਕੌਣ ਹੈ, ਹਨਾ, ਕਮਾਉਣ ਵਾਲਾ। ਬਾਕੀ ਚੱਲ ਕੋਈ ਗੱਲ ਨਹੀਂ, ਮੈਂ ਸਲਾਹ ਕਰਕੇ ਦੱਸੂਗੀ ਮੇਰੇ ਭਾਈ ਨਾਲ, ਕਰੂੰਗੀ ਗੱਲ ਫਿਰ, ਜਿਹਨੇ ਕਿਹਾ ਤਾਂ ਫਿਰ ਆਪਾਂ ਕਰ ਲਾਂਗੇ, ਦੇਖ ਦਿਖਾਈ, ਹਨਾ? ਹਾਂ ਫਿਰ ਮੈਂ ਛੇਤੀ ਦੱਸ ਦਿਓ ਨਾ ਭੂਆ। ਕੋਈ ਨਾ, ਮੈਂ ਤੈਨੂੰ ਫੋਨ ਕਰ ਦੂੰ। ਆਇਆ ਪੁੱਤ, ਲਿਆ ਚਾ, ਲੈ ਚਾਹ ਪੀ ਲੈ। ਹੈਲੋ ਭੂਆ, ਅੱਜ ਤੁਸੀਂ ਕਿਵੇਂ ਗੇੜਾ ਮਾਰਿਆ? ਨਹੀਂ ਪੁੱਤਾ, ਮੈਂ ਤਾਂ ਰਿਸ਼ਤੇਦਾਰ ਹੀ ਆਈ ਸੀ ਕਿ ਤੇਰਾ, ਵੀ ਚੱਲ ਉੱਥੇ ਕਰ ਦਾਂਗੇ ਰਿਸ਼ਤਾ। ਕਰਾਉਂਦੀ ਹੈ ਭੂਆ ਤੇਰਾ? ਕਹਿੰਦੀ ਮੁੰਡਾ ਬਲਾ ਹੀ ਚੰਗਾ ਹੈਗਾ, ਨਸ਼ਾ ਪੱਤਾ ਨਹੀਂ ਕਰਦਾ ਕੋਈ, ਇਹਦੇ ਜੇਠ ਦਾ ਮੁੰਡਾ ਹੈ, 2.5 ਕਿੱਲੇ ਜ਼ਮੀਨ ਦੇ ਆਉਂਦੇ ਨੇ, ਮੋਟਰਸਾਈਕਲਾਂ ਦੀ ਦੁਕਾਨ ਕਰੀ ਹੋਈ ਹੈ ਲਹਿਰੇ। ਠੀਕ ਆ ਮੰਮੀ। ਨਹੀਂ ਕੁੜੀ ਤਾਂ ਬਾਹਲੀ ਸਿਆਣੀ ਹੈਗੀ, ਹੈ ਨਾ? ਕੁੜੀ ਤਾਂ ਭੂਆ ਮੇਰੀ ਜੰਮੀ ਸਾਊ ਹੈ, ਨਾਲੇ ਮੇਰੇ ਜਵਾਕਾਂ ਦਾ ਪਿੰਡ 'ਚ ਕੋਈ ਸਹੁੰ ਨਹੀਂ ਖਾਂਦਾ ਹੈਗਾ, ਇੰਨੇ ਨਰਮ ਜਵਾਕ ਨੇ, ਨਾਲੇ ਕੰਮ ਕਾਰ ਸਾਰਾ ਜਾਣਦੀ ਹੈ ਘਰ ਦਾ ਕਰਨ ਇਹ। ਨਹੀਂ ਪੁੱਤ, ਤਾਂ ਮੈਂ ਆਈ ਹੈਗੀ ਵੀ ਸਹੁੰ ਨਹੀਂ ਖਾਂਦਾ, ਨਰਮ ਜਵਾਕ ਨੇਗੇ, ਹੈਂ? ਤੂੰ ਦੱਸ ਪੁੱਤ ਤੇਰੀ ਕੀ ਸਲਾਹ ਹੈਗੀ? ਮੇਰੀ ਤਾਂ ਭੂਆ ਜੀ ਕੀ ਸਲਾਹ ਹੋਣੀ ਆ, ਜਿਵੇਂ ਮੰਮੀ ਹੁਣਾਂ ਨੂੰ ਠੀਕ ਲੱਗੂਗਾ ਕਰ ਦੇਣਗੇ। ਚੱਲ ਕੋਈ ਨਾ ਭੂਆ, ਫਿਰ ਤੈਨੂੰ ਦੱਸ ਦਾਂਗੇ ਸਲਾਹ ਕਰਕੇ। ਚੰਗਾ, ਮਾੜੀ ਜੀ ਮੈਂ ਮੇਰੇ ਭਾਈ ਨਾਲ ਗੱਲ ਕਰ ਲਾਂ, ਹੈ ਨਾ, ਹਰ ਜਵਾਨ ਦਾ ਆਪਣਾ ਕਹਿਣ ਦਾ, ਵੀ ਫਿਰ ਐਂ ਦੇਖ ਦਿਖਾਈ ਤਾਂ ਉਹੀ ਕਰਨਗੇ। ਹਾਂ ਹਾਂ, ਮੈਂ ਤੈਨੂੰ 2-3 ਦਿਨਾਂ ਤੱਕ ਚਾਹੇ ਮੈਂ ਤੈਨੂੰ ਫੋਨ ਕਰਦਾ, ਚਾਹੇ ਮੈਂ ਤੈਨੂੰ ਊਂ ਸਲਾਹ ਲਾ ਦਾਂ, ਫਿਰ ਤੈਨੂੰ ਦੱਸ ਦਾਂਗੇ। ਹੈ ਚੰਗਾ ਪੁੱਤ, ਫਿਰ ਛੇਤੀ ਦੱਸ ਦੇ। ਨਾ ਕੋਈ ਨਾ ਭੂਆ, ਤੂੰ ਨਾ ਫਿਕਰ ਕਰ, ਮੈਨੂੰ ਤੇਰੇ ਨਾਲ ਜ਼ਿਆਦਾ ਫਿਕਰ ਹੈ, ਦੱਸ ਦਾਂਗੇ ਤੈਨੂੰ। ਹਾਂ ਚੱਲ ਠੀਕ ਹੈ ਭੂਆ, ਰੋਟੀ ਖਾ ਜਾਂਦੀ, ਬਣਾ ਦਿੰਦੇ ਹਾਂ। ਬਸ ਪੁੱਤ, ਚਾਹ ਪੀ ਦੀ ਮੈਂ। ਹਾਂ ਚੱਲ ਠੀਕ ਹੈ ਭੂਆ। ਨੀ ਭੈਣੇ, ਆਹ ਆ ਜਾ, ਕਰੀ ਆ ਮੈਂ ਤਾਂ, ਕਦੋਂ ਹੀ ਤੈਨੂੰ ਉਡੀਕਣ ਲੱਗ ਰਿਹਾ ਵੀ ਲੈ ਹੁਣ ਆਈ ਹੁਣ ਆਈ, ਤੂੰ ਹੀ ਲੇਟ ਹੋ ਗਈ। ਨੀ ਭੈਣੇ, ਮੈਨੂੰ ਤਾਂ ਟਾਈਮ ਲੱਗ ਗਿਆ, ਕੀ ਕਰਾਂ? ਟਾਈਮ ਤਾਂ ਲੱਗਦਾ ਹੀ ਰਹਿੰਦਾ, ਤੈਨੂੰ ਪਤਾ ਹੀ ਹੈ ਫਿਰ, ਜਦੋਂ ਬੱਸ ਐਸੇ ਵੱਗ ਜਾਂਦੇ ਆ, ਉਸ ਘਰ ਦੇ ਕੰਮ ਵੀ ਰੋਜ਼ ਹੀ ਜਾਂਦੇ ਨੇ ਆਪਣੇ। ਹੋਰ ਦੱਸ, ਠੀਕ ਹੈ? ਹਾਂ ਠੀਕ ਠਾਕ ਭੈਣੇ। ਫਿਰ ਮੈਨੂੰ ਐਂ ਦੱਸ, ਮੈਨੂੰ ਅੱਛ ਵੀ ਜੀ ਲੱਗੀ ਪਈ ਹੈ, ਵੀ ਕੀ ਸੁੱਖ ਸੁਨੇਹਾ ਲੈ ਕੇ ਆਈ ਹੈ? ਨਹੀਂ ਅੱਛ ਵੀ ਨਾ ਕਰ। ਹਾਂ ਵਧੀਆ ਸੁੱਖ ਸੁਨੇਹਾ ਹੈਗਾ, ਖੈਰ ਸੁੱਖ ਤਾਂ ਸੁਨੇਹਾ ਹੈਗਾ। ਹਾਂ ਦੱਸ। ਦੇਖ ਭੈਣੇ, ਮੈਂ ਸਾਰੀ ਗੱਲਬਾਤ ਕਰੀ ਵੀ ਕਿੰਨਾ ਕੁ ਕਾਰੋਬਾਰ ਹੈਗਾ ਗਾ, ਵੀ ਵੀ ਮੁੰਡੇ ਦੀ ਦੁਕਾਨ ਹੈਗੀ, ਵਧੀਆ ਕੰਮ ਕਰਦਾ ਗਾ। ਦੇਖੋ ਉਹ ਕਹਿੰਦੀ ਭੈਣੇ ਵੀ ਸਾਰਾ ਕੁਛ ਪਸੰਦ ਹੈਗਾ ਮੇਰੀ, ਵੀ ਆਪਦੇ ਭਾਈਆਂ ਦੀ ਰਾਏ ਕਰਕੇ ਦੱਸੂਗੀ, ਉਹਦੇ ਸਿਰ 'ਤੇ ਬੰਦਾ ਨਹੀਂ ਹੈਗਾ, ਉਹ ਕੀ ਕਰੂ ਵਿਚਾਰੀ? ਕੋਈ ਨਾ ਭੈਣੇ, ਤੈਨੂੰ ਪਤਾ ਹੀ ਹੈ ਰਿਸ਼ਤੇਦਾਰਾਂ ਦੀ ਸਲਾਹ ਲੈਣੀ ਵੀ ਜ਼ਰੂਰੀ ਹੁੰਦੀ ਹੈ, ਭੈਣ ਭਾਈ ਨੂੰ ਪੁੱਛਣਾ ਪੈਂਦਾ, ਨਾਲੇ ਤੈਨੂੰ ਪਤਾ ਹੀ ਹੈ ਸਾਡਾ ਤਾਂ, ਸਾਡੇ ਤਾਂ ਪਰਮਾਤਮਾ ਨੇ ਸਭ ਕੁਛ ਦੇ ਰੱਖਿਆ, ਸਾਨੂੰ ਕਿਸੇ ਚੀਜ਼ ਦੀ ਭੋਰਾ ਲੋੜ ਨਹੀਂ। ਤਾਰੀ ਤਾਂ ਪਹਿਲੇ ਕਹਿੰਦਾ ਸੀ, ਕਹਿੰਦਾ ਮਾਂ ਆਪਾਂ ਤਾਂ ਚੁੰਨੀ ਚੜਾ ਲਿਆਵਾਂਗੇ, ਕਾਹਨੂੰ ਅਗਲੇ ਦਾ ਖਰਚ ਕਰਾਉਣਾ, ਨਾਲੇ ਅਗਲੇ ਵਧੀਨ ਹੋਣਗੇ, ਨਾਲੇ ਆਪਾਂ ਹੋਵਾਂਗੇ, ਸਾਨੂੰ ਤਾਂ ਭੋਰਾ ਨਹੀਂ ਕਿਸੇ ਚੀਜ਼ ਦੀ ਲੋੜ ਹੈਗੀ, ਸਾਨੂੰ ਤਾਂ ਇਕੱਲੀ ਕੁੜੀ ਦੀ ਲੋੜ ਹੈ। ਠੀਕ ਹੈ, ਮੈਂ ਤੈਨੂੰ ਚਾਹ ਬਣਾ ਕੇ ਲਿਆਉਂਦੀ ਹਾਂ। ਨਾ ਚਾਹ ਨਹੀਂ ਭੈਣੇ, ਬਹਿ ਜਾ, ਮੈਂ ਚਾਹ ਪੀ ਕੇ ਆਈ ਹਾਂਗੀ, ਆਪਾਂ ਇਕੱਠੀ ਪੀਵਾਂਗੇ ਵਿਆਹ ਨੂੰ ਚਾਹ। ਤੇਰੀ ਮਰਜ਼ੀ ਹੈ। ਚੰਗਾ ਭੈਣ, ਮੈਂ ਹਾਂ ਚੰਗਾ, ਕੋਈ ਨਾ, ਚੰਗਾ ਸੁੱਖ ਸੁਨੇਹਾ ਦੁਬਾਰੇ ਲੈ ਕੇ ਆਈ ਜਦੋਂ ਆਈ। ਹਾਂ ਹਾਂ ਭੈਣੇ, ਖੈਰ ਸੁੱਖ ਦਾ ਹੀ ਸੁਨੇਹਾ ਲੈ ਕੇ ਆਊਂਗੀ। ਲੈ ਦੱਸ, ਹੈਂ,
ਸਾਨੂੰ ਤਾਂ ਕੁੜੀ ਵਧੀਆ ਚਾਹੀਦੀ ਹੈ। ਅਸੀਂ ਦੇਣ ਲੈਣ ਤੋਂ ਕੀ ਲੈਣਾ, ਨਾਲੇ ਜਿਹਨੇ ਧੀ ਦਿੱਤੀ ਹੈ ਉਹਨੇ ਕੀ ਰੱਖਿਆ ਲੁਕੋ ਕੇ ਮਗਰ। ਲੈ ਦੇਖਾਂ ਕੀ ਕਰਦੀ ਹੈ ਫਿਰ, ਲੈ ਦੇਖ ਲੈ। ਨਹੀਂ ਮੈਂ ਮਰ ਜਾ, ਹੈ ਤੂੰ ਹਾਲੇ ਕਾਸ਼ ਤੋਂ ਕੰਮ ਕਰਨ ਲੱਗ ਗਈ, ਮੈਂ ਹੈਗੀ ਹਾਲੇ ਕੰਮ ਕਰਨ ਨੂੰ, ਹਾਲੇ ਤਾਂ ਤੂੰ ਨਵੀਂ ਨਹੀਂ ਮਿਲੀ ਹੈ ਪੁੱਤ, ਐਵੇਂ ਲੀੜੇ ਨਾ ਖਰਾਬ ਕਰ ਆਪਦੇ। ਓਹੋ ਮੰਮੀ ਜੀ ਕੋਈ ਨੀ, ਕੰਮ ਤਾਂ ਕਰਨਾ ਹੀ ਆ। ਓਹੋ ਸਾਰੀ ਉਮਰ ਪਈ ਹੈ ਪੁੱਤ ਕੰਮ ਕਰਨ ਦੀ, ਇਹ ਕਿਹੜਾ ਅੱਜ ਨਿਬੜਦੇ ਨੇ ਨਾਲੇ ਬੁੜੀਆਂ ਵਾਲੇ ਕੰਮ। ਮੰਮੀ ਮਹੀਨਾ ਹੋ ਚੱਲਿਆ ਵਿਹਲੀ ਬੈਠੀ ਹਾਂ ਮੈਂ। ਕੋਈ ਨਾ ਫਿਰ ਕੀ ਹੋਗਾ, ਤੁਸੀਂ ਨੇ ਕਰਨਾ ਸਾਰੀ ਉਮਰ ਬੇਬੇ, ਤੋਂ ਕਿਹੜਾ ਬਣਦਾ ਹੈਗਾ। ਕਰ ਲੈਣ ਦੇ, ਅੱਜ ਵੀ ਕਰਨਾ ਕੱਲ ਨੂੰ ਵੀ ਕਰਨਾ, ਇਹ ਤਾਂ ਇੱਕ ਦਿਨ ਕਰਨੀ ਪੈਣਾ। ਨਵੀਂ ਆਈ ਸੀ, ਮੈਂ ਤਾਂ ਕਰਕੇ ਕਹਿੰਦੀ ਹਾਂ ਵੀ ਜੇ ਕਿਸੇ ਗਵਾਂਢੀ ਨੇ ਦੇਖ ਲਈ ਅਗਲਾ ਐਂ ਕਹਿ ਕੰਮ ਵੀ ਲਾਤੀ। ਗਵਾਂਢੀ ਨੇ ਕੀ ਕਰਨਾ, ਕੰਮ ਤਾਂ ਬੰਦੇ ਦਾ ਕਰਮ ਹੁੰਦਾ, ਇਹ ਤਾਂ ਕਰਨੀ ਪੈਂਦਾ। ਚੱਲ ਠੀਕ ਹੈ, ਤੁਹਾਡੀ ਮਰਜ਼ੀ। ਹਾਂ ਪਣਪ੍ਰੀਤ, ਰੋਟੀ ਬੰਨਤੀ? ਹਾਂਜੀ ਰੋਟੀ ਤਾਂ ਤੁਹਾਡੀ ਮੈਂ ਪਾਤੀ। ਲੈ ਫੜਾ ਫਿਰ, ਮੈਂ ਲੇਟ ਹੋ ਰਿਹਾ। ਫੜਾਉਣੀ ਆ ਆਲੋ ਲਿਆ, ਟਾਈਮ ਨਾਲ ਤਿਆਰ ਕਰਦੇ ਕਰੋ, ਲੇਟ ਕਰਾਤਾ ਅੱਜ। ਰੋਟੀ ਤਾਂ ਕਦੋਂ ਦੀ ਬਣਾਈ ਪਈ ਸੀ, ਤੁਸੀਂ ਆਪ ਹੀ ਲੇਟ ਹੋ ਜਾਂਦੇ ਆ। ਚਲ ਕੋਈ ਨਾ, ਨਾਲੇ ਮੈਂ ਤੁਹਾਨੂੰ ਐਵੇਂ ਕਹਿੰਦੀ ਸੀ ਹਾਂ ਵੀ ਮੈਨੂੰ 4 ਕੁ ਦਿਨ ਪਿੰਡ ਹੀ ਛੱਡਿਆ ਹੁੰਦੇ ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ। ਅੱਜ ਤਾਂ ਨਹੀਂ ਟਾਈਮ ਹੈਗਾ ਮਨਪ੍ਰੀਤ, ਕੱਲ ਨੂੰ ਛੱਡ ਆਉਂਗਾ, ਅੱਜ ਤਾਂ ਦੁਕਾਨ ਤੇ ਕੰਮ ਬਹੁਤ ਪਿਆ। ਮੈਨੂੰ ਨਾ ਮੰਮੀ ਦਾ ਫੋਨ ਆਇਆ ਸੀ, ਕਹਿੰਦੇ ਆ ਕੇ ਮਿਲ ਜਾ, 4 ਕੁ ਦਿਨ ਲਾ ਜਾ। ਚਲ ਕੋਈ ਨਾ, ਕੱਲ ਨੂੰ ਵਿੱਚ ਦੀ ਆ ਕੇ ਨਾ ਮੈਂ ਉਦੋਂ ਛੱਡ ਆਉਂਗਾ। ਚਲ ਠੀਕ ਆ। ਦੇਖੀ ਮੇਰੇ ਵਾਰੀ ਤਾਂ ਇਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ, ਵੀ ਮੇਰਾ ਕਿਹੜਾ ਜੀ ਨਹੀਂ ਕਰਦਾ ਪਿੰਡ ਜਾਣ ਨੂੰ, ਇਹਨਾਂ ਨੂੰ ਤਾਂ ਆਪਦੇ ਕੰਮਾਂ ਕਾਰਾਂ ਦੀ ਰਹਿੰਦੀ ਆ ਬਸ, ਮੇਰੀ ਤਾਂ ਗੱਲ ਹੀ ਵੀ ਨਹੀਂ ਸੁਣਦੇ। ਇੱਕ ਤਾਂ ਗੇਅਰ ਲੀਵਰ ਪਊ, ਇਹਦਾ ਕਿਵੇਂ ਕਰਨਾ ਪਾਉਣਾ ਇਹ? ਹਾਂ ਪਾ ਦੇ ਯਾਰ ਬਾਦਲ ਦੇ ਬਈ, ਮੈਨੂੰ ਲੱਗਦਾ ਖਲਾਈ ਨਹੀਂ ਇਹਦਾ ਕਈ ਵਾਹਵਾ ਟਾਈਮ ਦਾ ਹਨਾ। ਉਹ ਹੋਰ ਯਾਰ ਬਈ ਟਾਈਮ ਹੀ ਨਹੀਂ ਲੱਗਿਆ, ਇੱਕ ਮੈਂ 2-3 ਦਿਨ ਆਉਂਦਾ ਰਿਹਾ, ਤੂੰ ਦੁਕਾਨ ਤੇ ਨਹੀਂ ਸੀ। ਦੁਕਾਨ ਤਾਂ ਯਾਰ ਵਿਆਹ ਜਾ ਤੀ ਮੇਰਾ, ਤਾਂ ਕਰਕੇ ਕਈ ਦਿਨ ਨਹੀਂ ਆਇਆ ਗਿਆ। ਫਿਰ ਤਾਂ ਬਹੁਤ ਬਹੁਤ ਵਧਾਈਆਂ ਬਾਈ ਤੈਨੂੰ, ਰੱਬ ਸਭ ਨੂੰ ਵਧਾਵੇ ਭਾਈ। ਤੂੰ ਕਦੋਂ ਆਇਆ ਤੀ? ਮੈਨੂੰ ਤਾਂ 2 ਦਿਨ ਹੋ ਗਿਆ ਆਉਂਦੇ ਨੂੰ। ਮੁੰਡਾ ਹੈਗਾ ਤਾਂ ਹੈਗਾ ਤੀ ਦੁਕਾਨ ਤੇ? ਫਿਰ ਮਹਾਂ ਚੱਲ ਮਿਸਤਰੀ ਨੂੰ ਆ ਜਾਣ ਦੇ, ਫਿਰ ਵੀ ਫਰਕ ਹੁੰਦਾ। ਉਹ ਨਾ ਨਾ ਕੰਮ ਵਧੀਆ ਆਉਂਦਾ ਇਹਨੂੰ ਵੀ, ਵਧੀਆ ਬਣਾ ਦੀ ਗੱਲ ਹੁਣ ਇਹਦੀ। ਬਸ ਠੀਕ, ਮੈਂ ਦੇਖਾਂ ਕੁਛ ਖਾਣ ਪੀਣ ਨੂੰ ਪੁੱਛਾਂ ਜੇ ਖਾਊਗਾ। ਓਹੋ ਬੇ ਪੁੱਤ ਮੇਰੀ ਗੱਲ ਸੁਣ ਲੈ ਤਾਰੀ, ਤੈਨੂੰ ਤਾਂ ਫਿਰ ਬੁਖਾਰ ਹੋ ਗਿਆ ਭਾਈ, ਹੈਂ ਕਿਸੇ ਚੰਗੇ ਡਾਕਟਰ ਤੋਂ ਦਵਾਈ ਲੈ ਲੈ, ਐਂ ਤੇਰਾ ਪੈ ਕੇ ਕਿਵੇਂ ਸਰੂਗਾ? ਮਾਪੇ ਠੀਕ ਹੋ ਜੂ, ਕਿੰਨੇ ਕੁ ਪੈਸੇ ਡਿੱਗੇਗੀ ਡਾਕਟਰਾਂ ਦੇ? ਕਹਿੰਦਾ ਆਪੇ ਠੀਕ ਹੋ ਜੂ, ਹੈਂ ਤੂੰ ਦਵਾਈਆਂ ਇੰਨੀਆਂ ਖਾਈ ਜਾਂਦਾ ਹੈ, ਤੈਨੂੰ ਸਾਹ ਤਾਂ ਖੰਘ ਨਾਲ ਆਉਂਦਾ ਨਹੀਂ ਹੈਗਾ, ਭੋਰਾ ਵੀ ਭੋਰਾ ਤੈਨੂੰ ਆਰਾਮ ਨਹੀਂ ਹੈਗਾ। ਆਪੇ ਠੀਕ ਆ ਜੂ, ਮੇਰੀ ਗੱਲ ਸੁਣ ਲੈ, ਕੱਲ੍ਹ ਨੂੰ ਕਿਸੇ ਚੰਗੇ ਡਾਕਟਰ ਕੋਲ ਲੈ ਕੇ ਜਾਊਂਗੀ ਤੈਨੂੰ, ਫਿਰ ਤੈਨੂੰ ਟੈਸਟ ਕਰਾ ਕੇ ਦਵਾਈ ਦਵਾਉਂਗੀ ਮੈਂ ਤਾਂ, ਹੈ ਨਾਲੇ ਕਿੰਨੇ ਕੁ ਦਿਨ ਤੇਰੀ ਦੁਕਾਨ ਬੰਦ ਰਹੂਗੀ ਪੁੱਤ, ਤੂੰ ਐਂ ਸੋਚ ਆਪਣੀ ਕਬੀਲਦਾਰੀ ਹੈ, ਤੇਰੇ ਨਾਲ ਸਾਡਾ ਘਰ ਚੱਲਦਾ, ਜੇ ਤੂੰ ਕਮਾਵੇਂਗਾ ਅਸੀਂ ਤਾਂ ਹੀ ਸਾਰੇ ਖਾਵਾਂਗੇ, ਨਹੀਂ ਆਪਾਂ ਤਾਂ ਜ਼ਮੀਨ ਆਪਣੀ ਕਬੀਲਦਾਰੀ ਡਾਊਨ ਹੋ ਜੂ, ਕੀ ਕਰਾਂਗੇ? ਮੰਮੀ ਜੀ ਕੱਲ ਨੂੰ ਕਿਉਂ ਜਾਣਾ ਦਵਾਈ ਲੈਣ, ਤੁਸੀਂ ਅੱਜ ਹੀ ਚੱਲ ਜਾਓ, ਨਾਲੇ ਹਜੇ ਟਾਈਮ ਵੀ ਕੀ ਹੋਇਆ 11 ਵਜੇ ਆ ਗਏ, 2-3 ਵਜੇ ਤੱਕ ਹਸਪਤਾਲ ਖੁੱਲ੍ਹੇ ਹੀ ਰਹਿੰਦੇ ਆ, ਨਾਲੇ ਦਵਾਈ ਤਾਂ ਲੈ ਕੇ ਹੀ ਆਉਣੀ ਹੈ ਨਾ, ਕੱਲ ਨੂੰ ਕੀ ਤੇ ਅੱਜ ਕੀ? ਕੋਈ ਨਾ ਪੁੱਤ ਦੇਖ ਲੈਂਦੇ ਹਾਂ। ਕੱਲ ਸੁਣੋ ਜੀ ਤੁਸੀਂ ਮੇਰੀ, ਮੰਮੀ ਨਾਲ ਅੱਜ ਹੀ ਜਾਵੜੋ, ਜਾ ਕੇ ਤੁਸੀਂ ਦਵਾਈ ਲੈ ਕੇ ਆਓ। ਚਲ ਬੇਬੇ ਫਿਰ ਬਾਕ ਚੱਲਦੇ ਆ। ਹਾਂ ਪੁੱਤ ਤੈਨੂੰ ਦਵਾਈ ਦਿੰਨੀ ਆ, ਛੇਤੀ ਠੀਕ ਹੋ ਜਾਏਗਾ ਤੂੰ। ਨਾਲੇ ਮੇਰੀ ਗੱਲ ਸੁਣੋ, ਕੱਲੀਆਂ ਨਾ ਦਵਾਈਆਂ ਜਿਹੀਆਂ ਲੈ ਕੇ ਨਾ ਆ ਜਾਓ, ਰਿਪੋਰਟਾਂ ਵੀ ਕਰਾ ਲਿਓ ਆਪਦੀਆਂ। ਨਾ ਪੁੱਤ ਮੈਂ ਚੰਗੇ ਡਾਕਟਰ ਤੋਂ ਦਵਾਈ ਦਵਾਉਂਗੀ, ਨਾ ਇਹਦੀ ਰਿਪੋਰਟ ਕਰਾ ਕੇ ਲਿਆਉਂਗੀ, ਰਿਪੋਰਟਾਂ ਤੋਂ ਬਿਨਾਂ ਦਵਾਈ ਦਾ ਕੰਮ ਨਹੀਂ ਕਰਦੀ। ਹਾਂਜੀ ਮੰਮੀ, ਐਂ ਤਾਂ ਬਿਮਾਰੀ ਦਾ ਕੋਈ ਭੇਦ ਹੀ ਨਹੀਂ ਆਉਂਦਾ। ਪਾ ਚੱਪਲਾਂ। ਚੰਗਾ ਕਰਾ ਲਿਆ ਮੈਂ ਰਿਪੋਰਟਾਂ ਤਾਂ, ਤੂੰ ਕੱਪੜੇ ਕੱਢ ਫਿਰ ਆ ਜਾਓ। ਕਿਵੇਂ ਮੰਜੇ ਨਾਲ ਲੱਗ ਗਿਆ ਦੇਖ ਲੈ 4 ਦਿਨਾਂ 'ਚ, ਹੈਂ ਤੈਨੂੰ ਤੇਰੇ ਸਰੀਰ ਦੀ ਭੋਰਾ ਗੌਰ ਨਹੀਂ ਹੈਗੀ, ਐਂ ਤਾਂ ਦੇਖ ਲੈ ਵੀ ਅਸੀਂ ਤੇਰੇ ਨਾਲ ਸਾਰਾ ਟੱਬਰ। ਮਾੜਾ ਮੋਟਾ ਜਮੀ ਫਿਕਰ ਨਹੀਂ ਕਰਦਾ ਵੀ ਮੈਂ ਕੋਈ ਦਵਾਈ 'ਚ ਅੱਜ ਦੀ ਲਵਾਂ। ਚੱਲ ਆ ਪ੍ਰੈਸ ਵਾਲਾ ਕੰਮ ਤਾਂ ਸਾਰਾ ਨਿਬੜ ਗਿਆ ਮੇਰਾ, ਸਾਰੇ ਕੱਪੜੇ ਹੋ ਗਿਆ, ਹੁਣ ਮੈਂ ਐਵੇਂ ਕਰਦੀ ਹਾਂ ਮੰਮੀ ਨੂੰ ਫੋਨ ਲਾਉਂਦੀ ਹਾਂ, ਮੈਂ ਫੋਨ ਹੀ ਨਹੀਂ ਲਾਇਆ ਘਰੇ। ਲੈ ਮੇਰੀ ਧੀ ਦਾ ਫੋਨ ਆ ਗਿਆ। ਹੈਲੋ। ਹੈਲੋ ਮੰਮੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਠੀਕ ਹੈ? ਹਾਂਜੀ ਮੰਮੀ ਵਧੀਆ, ਤੁਸੀਂ ਦੱਸੋ ਕਿਵੇਂ ਹੋ?
हां ठीक ठाक पुत होर करें सारा परिवार ठीक है हां जी मम्मी वधिया हां तारी किवें ठीक है मम्मी उन्ना दा तो पूछो ही ना बाले दिन हो गया उन्ना दा ना बाला बुखार चढ़दागा इन्नियां दवाइयां दवातियां जमा आराम नहीं आउंदागा कोई ना पुत फिर की हो गया हुण तेरे का पुत्ता ठंड है एदे करके मौसम जा बादल न करके ना आ खांसी जुखाम जा तां सारे नूं हो रिहा एदी ना तुसीं फिकर कर हो जूगा आपे हौली हौली ठीक मम्मी एक हफ्ता हो गया पूरा जमा ही नहीं आराम आउंदागा सारे जहान दियां गोलियां खा लियां कोई ना पुत हो जी ठीक तूं आए करया कर इनू चाह काढ़ी जी बना के दे दे इक तुलसी दे पत्ते पा के अदरक पा के लौंग लेके जी पा के ना काढ़ी चाह बना के दे दे करना तां खांसी ठीक हो जू नाले बुखार भी दिनां च किधरे जाऊगा समझी नहीं आंदी भी होया की आ अज वैसे गए आ दवाई लैन अच्छा अच्छा डॉक्टर कोल गए ने हां जी चल कोई ना फिर दिखा लेंगे डॉक्टर नु हो जूगा ठीक तू एदी ना फिकर कर सैलना दी बात घट होगी हुन सैल भी घट बढ़ रहे ने अजकल चलो डॉक्टर वधिया दवाई दऊगा हां हां जे ओ तो नहीं ठीक आऊगा फिर किसी होर डॉक्टर नु दिखा लियो कड़े कना बन्नियो भी ओसे ते दवाई लेनी है शहर ते दिखा लियो जाके पिंडां दे डॉक्टर तन्नु पता है जी हुंदे ने हां जी मम्मी देख दे आज की बंदा हां हां ना कोई ना तू फिकर ना कर हो जूगा ठीक मम्मी मेन लगदा वो आ गए चलो मैं तन्नु बाद च फोन कर दिया चल ठीक है चंगा चंगा फिर कर ली चंगा ठीक है ठीक ठीक है पुत्त चंगा आ जा पुत्त बोच के आ जा होई होई आ जा कोई नहीं मैं डाल दूंगी बाहर आगे मम्मी हाँ पुत्त आगे ले आई दवाई ले आए पुत्त दवाई चल तुसी बैठो मैं पानी लेके आनी है थोड़ी देर दे पुत्त पै जा टिकाई नाल पै जा ठीक होके हलो ही जी ला दे हलो मम्मी हलो तुसी भी मम्मी रिपोर्टा कराइया सी ਕਰਾਈਆਂ ਨੇ ਪੁੱਤ ਰਿਪੋਰਟਾਂ ਤਾਂ ਅੱਛਾ ਕੀ ਆਇਆ ਫਿਰ ਕੀ ਦੱਸਾਂ ਪੁੱਤ ਆਪਣੇ ਤਾਂ ਕਰਮ ਹੀ ਮਾੜੇ ਨੇ ਮੈਨੂੰ ਤਾਂ ਐਂ ਲੱਗਦਾ ਕਿਸੇ ਚੰਦਰੇ ਨੇ ਆਪਣੇ ਘਰ ਨੂੰ ਨਜ਼ਰ ਲਾਤੀ ਇਹਨੂੰ ਤਾਂ ਵਿਚਾਰੇ ਨੂੰ ਟੀ ਵੀ ਦੀ ਸ਼ਿਕਾਇਤ ਆਈ ਹੈ ਟੀ ਵੀ ਕੋਈ ਨਾ ਪੁੱਤ ਡਾਕਟਰ ਨੇ ਕਿਹਾ ਕਹਿੰਦਾ 6 ਮਹੀਨੇ ਦਵਾਈ ਖਵਾ ਦਿਓ ਵੀ ਥੋੜ੍ਹਾ ਮੋਟਾ ਫਰਕ ਤਾਂ ਪਊਗਾ ਹੀ ਪਰ ਇੰਨਾ ਕੁ ਜ਼ਰੂਰ ਹੈ ਵੀ ਵਜਨ ਦਾ ਕੰਮ ਨਹੀਂ ਕਰ ਸਕਦਾ ਤੈਨੂੰ ਪਤਾ ਹੀ ਆਪਣੀ ਦੁਕਾਨ 'ਤੇ ਵਜਨ ਦਾ ਕੰਮ ਜ਼ਿਆਦਾ ਹੁੰਦਾ ਹੈ ਮੋਟਰਸਾਈਕਲ ਕਿੱਡੇ ਭਾਰੀ ਹੁੰਦੇ ਨੇ ਚੱਕਣੇ ਕਰਨੇ ਕਿਹੜਾ ਉਰਾਂ ਪਰਾਂ ਲਾਉਣੇ ਸੌਖੇ ਪਏ ਨੇ ਕੋਈ ਨਾ ਹੋ ਜੂਗਾ ਠੀਕ ਤੂੰ ਫਿਕਰ ਨਾ ਕਰ ਚਲੋ ਕੋਈ ਨਾ ਮੰਮੀ ਜੇ ਡਾਕਟਰ ਨੇ ਕਿਹਾ ਤਾਂ ਦਵਾਈ ਖਵਾ ਕੇ ਦੇਖ ਲੈਂਦੇ ਹਾਂ ਮੰਮੀ ਤੁਸੀਂ ਚਾਹ ਪੀਓਗੇ ਨਾ ਬੇਟਾ ਮੈਂ ਨਹੀਂ ਚਾਹ ਪੀਂਦੀ ਮੇਰਾ ਚਿੱਤ ਨਹੀਂ ਠੀਕ ਹੈ ਤੁਸੀਂ ਮੈਂ ਦੱਸ ਇਹਨੂੰ ਜਵਾਕੜੀ ਨੂੰ ਮੈਂ ਕੀ ਦੱਸਾਂ ਟੈਨਸ਼ਨ 'ਚ ਇਹ ਰਹੂਗੀ ਹੁਣ ਹੈਂ ਆਪਦੇ ਬੰਦੇ ਦਾ ਫਿਕਰ ਕਿਹਨੂੰ ਨਹੀਂ ਹੁੰਦਾ ਮੇਰਾ ਵੀ ਪੁੱਤ ਹੈ ਫਿਰ ਮੈਂ ਕੀ ਕਰਾਂ ਬੇਬੇ ਕਿਉਂ ਇੰਨੀ ਟੈਨਸ਼ਨ ਲਈ ਆ ਹੋ ਜੂਗਾ ਠੀਕ ਆ ਬੇ ਪੁੱਤ ਮੈਨੂੰ ਦੇਖਣ ਨੂੰ ਕੀ ਹੈ ਇੱਕ ਤੂੰ ਹੀ ਤਾਂ ਹੈ ਨਾ ਨਾਲੇ ਆਪਦੇ ਧੀ ਪੁੱਤ ਦੀ ਟੈਨਸ਼ਨ ਕਿਹਨੂੰ ਨਹੀਂ ਹੁੰਦੀ ਮੈਨੂੰ ਇਹ ਦੱਸ ਚੱਲ ਕੋਈ ਨਾ ਤੂੰ ਕਰ ਲੈ ਆਰਾਮ ਮੇਰੀ ਤਾਂ ਜਿੰਦ ਨੇ ਫਿਕਰਾਂ 'ਚ ਪੈਣਾ ਸੀ ਹੁਣ ਪੈ ਗਈ ਬਸ ਮੰਮੀ ਵੀ ਟੈਨਸ਼ਨ ਨਾ ਲੈ ਬੈਠੇ ਹੋ ਮੈਂ ਵੀ ਕਰਦੀ ਹਾਂ ਪਹਿਲਾਂ ਮੰਮੀ ਦੇ ਫੋਨ ਲਾ ਕੇ ਦੱਸ ਦਿਓ ਵੀ ਇਹ ਦਵਾਈ ਲੈ ਆਏ ਆ ਕੋਈ ਸੁੰਡ ਸੰਡ ਵੀ ਨਾ ਹੋਣ ਵਿੱਚ ਚੱਲ ਚੀਰ ਕੇ ਬਾਲ ਲੂੰਗੀ ਕੇਰਾ ਮਨਪ੍ਰੀਤ ਦਾ ਫੋਨ ਦੁਬਾਰੇ ਫੇਰ ਆ ਗਿਆ ਹੈਲੋ ਹੈਲੋ ਬਿਮਾਰੀ ਦਾ ਕੋਈ ਇਲਾਜ ਹੀ ਨੀ ਹੈਗਾ ਨਹੀਂ ਮੰਮੀ ਡਾਕਟਰ ਨੇ ਕਿਹਾ ਵੀ ਤੁਸੀਂ 6 ਮਹੀਨੇ ਦਵਾਈ ਖਵਾਓ ਨਹੀਂ ਡਾਕਟਰ ਤਾਂ ਉਹੀ ਮਾਰੀ ਜਾਂਦੇ ਰਹਿੰਦੇ ਨੇ ਪੈਸੇ ਖਾਣ ਦੇ ਮਾਰੇ ਹੋਰ ਡਾਕਟਰਾਂ ਨੂੰ ਕੀ ਕੰਮ ਹੈ ਇਹ ਬਿਮਾਰੀ ਦਾ ਨਹੀਂ ਇਲਾਜ ਲੂਜ ਹੈਗਾ ਆ ਬਾਈ ਜੇ ਬੇੜਾ ਵਿਚੋਲਣ ਦਾ ਨਪੁੱਤੀ ਨੇ ਜਾਣ ਕੇ ਝੂਠ ਬੋਲਤਾ ਮੁੰਡੇ ਨੂੰ ਪਹਿਲੀ ਟੀਵੀ ਹੋਣੀ ਝੂਠ ਬੋਲ ਕੇ ਰਿਸ਼ਤਾ ਲੈ ਲਿਆ ਉਹਨੇ ਚੱਲ ਮੇਰੀ ਗੱਲ ਸੁਣ ਤੂੰ
ਤੂੰ ਫੋਨ ਕੱਟ ਮੈਂ ਪੜਦੀ ਆ ਵਿਚੋਲਣ ਦੀ ਕੁੱਤਣੀ ਨਾਲੇ ਬਸ ਮੈਂ ਆਉਣੀ ਆ ਤੈਨੂੰ ਲੈਣ ਤੂੰ ਤਿਆਰ ਰਹਿ ਬਸ ਲੈ ਮੰਮੀ ਇਹਦੇ ਚ ਲਜਾਣ ਵਾਲੀ ਕੀ ਗੱਲ ਆ ਬਿਮਾਰੀ ਤਾਂ ਕਿਸੇ ਨੂੰ ਵੀ ਲੱਗ ਸਕਦੀ ਆ ਤੂੰ ਚੁੱਪ ਕਰਕੇ ਬਹਿ ਜਾ ਤੈਨੂੰ ਇਹ ਗੱਲਾਂ ਦਾ ਨਹੀਂ ਪਤਾ ਬਸ ਫੋਨ ਕੱਟ ਦੇ ਤੂੰ ਲੈ ਦੇਖ ਲੈ ਕਿੱਡਾ ਝੂਠ ਬੋਲਿਆ ਮੁੰਡੇ ਦੇ ਰਿਸ਼ਤੇ ਵਾਸਤੇ ਐਡੀ ਬਿਮਾਰੀ ਆ ਮੁੰਡੇ ਨੂੰ ਵੀ ਤੇਰੇ ਪੈ ਜਾਣ ਤੇਰੇ ਨਪੁੱਤੀਏ ਕੀੜੇ ਅਸੀਂ ਤਾਂ ਪਹਿਲੀ ਮਸਾਂ ਟਾਈਮ ਪਾਸ ਕਰਦੇ ਹਾਂ ਸਾਨੂੰ ਤੂੰ ਜਮੀ ਜਾੜਤਾ ਖੁੰਝੇ ਹੀ ਲਾਤਾ ਇਹਨੂੰ ਕਰਦੀ ਆ ਨਪੁੱਤੀ ਨੂੰ ਦੁਬਾਰੇ ਫੋਨ ਦੇਖਦੀ ਆ ਪਹਿਲਾਂ ਕੀ ਕਹਿੰਦੀ ਹੈ ਪਤਾ ਨਹੀਂ ਚੱਕੂਗੀ ਪਤਾ ਨਹੀਂ ਨਾ ਹੈਲੋ ਹੈਲੋ ਹਾਂ ਪ੍ਰੀਤਾ ਠੀਕ ਹੈ ਪੁੱਤਾ ਮੈਂ ਤਾਂ ਠੀਕ ਹਾਂ ਭੂਆ ਤੂੰ ਮੈਨੂੰ ਐਂ ਦੱਸ ਨਾ ਤੈਂ ਸਾਡੇ ਨਾਲ ਕਿਹੜੇ ਜਨਮਾਂ ਦਾ ਬੈਰ ਕੱਢਿਆ ਕੀ ਹੋ ਗਿਆ ਨਾ ਹੋਣ ਨੂੰ ਕੀ ਹੋ ਗਿਆ ਹਲੇ ਕਾਸਾ ਰਹਿ ਗਈ ਹੋਣ ਨੂੰ ਤੂੰ ਤਾਂ ਕਹਿੰਦੀ ਤੀ ਮੁੰਡੇ ਨੂੰ ਭੋਰਾ ਕਾਸੇ ਦਾ ਬੈਲ ਨਹੀਂ ਕੋਈ ਐਬ ਨਹੀਂ ਹੈਗਾ ਮੁੰਡੇ ਨੂੰ ਤਾਂ ਬਿਮਾਰੀ ਆ ਉਹ ਵੀ ਟੀਬੀ ਦੀ ਨੀ ਪੁੱਤ ਉਹ ਜੋ ਕਿਹੜਾ ਬਿਮਾਰੀ ਸੀਗੀ ਉਹ ਤਾਂ ਚੰਗਾ ਭਲਾ ਸੀਗਾ ਐਡੀ ਬਿਮਾਰੀ ਹੈ ਕੀ ਉਹ ਕਮਾਊਗਾ ਕੀ ਮੇਰੀ ਕੁੜੀ ਨੂੰ ਖਵਾਊਗਾ ਉਹ ਮੇਰੀ ਕੁੜੀ ਦੀ ਜ਼ਿੰਦਗੀ ਤਾਂ ਬਰਬਾਦ ਕਰਤੀ ਨੀ ਬਥੇਰਾ ਠੀਕ ਹੋ ਜੂਗਾ ਦਵਾਈ ਦਾ ਇਲਾਜ ਚੱਲ ਰਿਹਾ ਹੋਣਾ ਆਹੋ ਚੱਲ ਰਿਹਾ ਹੋਣਾ ਕਹਿੰਦੀ ਲਾਜ ਜਿਵੇਂ ਕਾਸੇ ਚੀਜ਼ ਦਾ ਤੈਨੂੰ ਪਤੀ ਨਹੀਂ ਹੈਗਾ ਬਾਲੀ ਚਤਰ ਚ ਲੱਖ ਜੀ ਨਾ ਬਣ ਕੋਈ ਨਾ ਆਉਣੀ ਆ ਮੈਂ ਦੱਸਦੀ ਆ ਤੈਨੂੰ ਆ ਕੇ ਕੱਢੂ ਤੇਰਾ ਜਲੂਸ ਸਮਾਰ ਕੇ ਉਰੇ ਕਿੱਥੇ ਦੁੱਖ ਦਿੱਤਾ ਨਪੁੱਤੀ ਐਡੀ ਮਿੱਠੋ ਮਾਸੀ ਤੀ ਨਾ ਐਂ ਕਰਦੀ ਤੀ ਮਿੱਠੀਆਂ ਮਿੱਠੀਆਂ ਗੱਲਾਂ ਉੱਥੇ ਕੁੜੀ ਰਾਜ ਕਰੂਗੀ ਉੱਥੇ ਕੁੜੀ ਐਂ ਕਰੂਗੀ ਐਂ ਕੀ ਪਤਾ ਤੀ ਵੀ ਸਾਡੇ ਸਾਰੇ ਕਰੇ ਕਰਾਏ ਚ ਨੇ ਪਾਣੀ ਪਾਤਾ ਚੱਲ ਛੱਡ ਪਰੇ ਸਬਜ਼ੀਆਂ ਤੋਂ ਕੀ ਲੈਣਾ ਜਾਨੀ ਆ ਕੁੜੀ ਨੂੰ ਲੈਣ ਕੱਪੜੇ ਬਦਲ ਲਾਂ ਪਹਿਲਾਂ ਭੈਣ ਜੀ ਇਹ ਵਧੀਆ ਗੱਲਾਂ ਨਹੀਂ ਹੈਗੀਆਂ ਤੁਹਾਡੇ ਵਾਸਤੇ ਝੂਠ ਬੋਲ ਕੇ ਮੁੰਡੇ ਨੂੰ ਰਿਸ਼ਤਾ ਲੈ ਲਿਆ ਮੇਰੀ ਕੁੜੀ ਦੀ ਜ਼ਿੰਦਗੀ ਤਾਂ ਤੁਸੀਂ ਨੇ ਬਰਬਾਦ ਕਰਤੀ ਜੇ ਸਾਨੂੰ ਪਹਿਲਾਂ ਪਤਾ ਹੁੰਦਾ ਵੀ ਮੁੰਡੇ ਨੂੰ ਟੀਬੀ ਹੈ ਅਸੀਂ ਕਾਹਨੂੰ ਆਪਦੀ ਕੁੜੀ ਦੀ ਜ਼ਿੰਦਗੀ ਬਰਬਾਦ ਕਰਦੇ ਰਿਸ਼ਤਾ ਕਰਕੇ ਉਰੇ ਇਹ ਬਹੁਤ ਵੱਡਾ ਧੋਖਾ ਕੀਤਾ ਭੈਣ ਜੀ ਤੁਸੀਂ ਮੇਰੀ ਗੱਲ ਸੁਣ ਲੈ ਭੈਣੇ ਕੋਈ ਗੱਲ ਨਹੀਂ ਇਹ ਤਾਂ ਕਰਮਾਂ ਦੇ ਹੁੰਦੇ ਨੇ ਨਾਲੇ ਡਾਕਟਰ ਨੇ ਕਿਹਾ ਵੀ ਇਹੀ ਜੀ ਕੋਈ ਗੱਲ ਨਹੀਂ ਹੈਗੀ ਮੇਰੀ ਗੱਲ ਸੁਣ ਲੈ ਭੈਣੇ ਅੱਜ ਕੱਲ੍ਹ ਇਹਦਾ ਇਲਾਜ ਹੈਗਾ ਡਾਕਟਰ ਕਹਿੰਦੇ ਤਾਂ ਦੁਨੀਆ ਨੂੰ ਹੁੰਦੀ ਹੈ ਬਿਮਾਰੀ ਇਹ 'ਚ ਕੀ ਵੱਡੀ ਗੱਲ ਹੈ ਕੋਈ ਸਭ ਪਤਾ ਭੈਣੇ ਮੈਨੂੰ ਨਾ ਤੂੰ ਪੜਾ ਇਹ ਬਿਮਾਰੀ ਇਹ ਜੀ ਨਾ ਮੁੰਡੇ ਦਾ ਮਰ ਕੀ ਪੈਂਡਾ ਛੁੱਟੂਗਾ ਓਕੇ ਇਹਦਾ ਇਲਾਜ ਹੈਗਾ ਮੈਂ ਤਾਂ ਆਪਦੀ ਕੁੜੀ ਦੇ ਖਾਜੂਰੇ ਲੈਣ ਆਈ ਆਂ ਕੁੜੀਏ ਚੱਲ ਪਾ ਬੈਗ 'ਚ ਕੱਪੜੇ ਚੱਲ ਚੱਲੀਏ ਘਰ ਨੂੰ ਨਾ ਭੈਣੇ ਇਹ ਤੂੰ ਕੀ ਗੱਲ ਕਰਦੀ ਐਂ ਐਂ ਤੂੰ ਕਿਵੇਂ ਲੈ ਜਾਏਗੀ ਅਸੀਂ ਵਿਆਹ ਕੇ ਲਏ ਹਾਂ ਹੈ ਦੱਸ ਇਹ ਤਾਂ ਬਿਮਾਰੀ ਕਰਦੇ ਕਰਮਾਂ ਦੀ ਫਿਰ ਕੀ ਹੋ ਗਿਆ ਜੇ ਇਹਨੂੰ ਲੱਗ ਗਈ ਐਂ ਥੋੜ੍ਹੇ ਲਿਆਉਂਦੇ ਹੁੰਦੇ ਨੇ ਨਾ ਮੈਂ ਐਂ ਜਾਣ ਦੇਵਾਂ ਮੈਂ ਤੈਨੂੰ ਦੱਸਾਂ ਨਾਲੇ ਮੇਰੀ ਗੱਲ ਸੁਣ ਹੈ ਇਹਨਾਂ ਦਾ ਵਿਆਹ ਹੋਇਆਗਾ ਇਹ ਕੋਈ ਗਾਮਾਸ ਦਾ ਸੌਦਾ ਨਹੀਂ ਵੀ ਜਿਹਦੇ ਚਿੱਤ ਕਰਿਆ ਵੇਚ ਦੀ ਜਿਹਦੇ ਚਿੱਤ ਕਰਿਆ ਲੈ ਲਈ ਭੈਣੇ ਸਾਨੂੰ ਤਾਂ ਲੋੜ ਨਹੀਂ ਹਜੇ ਰਿਸ਼ਤੇ ਦੀ ਜਾਣੀ ਕੁੜੀ ਉਰੇ ਖੜੀ ਕੀ ਦੇਖੀ ਜਾਂਦੀ ਹੈ ਬੈਗ ਲੈ ਚੱਕ ਕੇ ਪਾਲੇ ਆਪਦੇ ਕੱਪੜੇ ਜਿਹੜੇ ਦੋ ਸੂਟੜੇ ਪਾਉਣੇ ਨੇ ਨਹੀਂ ਵਗ ਜਾ ਹੁਣ ਪਰ ਮੰਮੀ ਨਹੀਂ ਪਰ ਕੁਛ ਨਹੀਂ ਜੇ ਅੱਜ ਤੂੰ ਮੇਰੇ ਨਾਲ ਨਾ ਤੁਰੀ ਨਾ ਅੱਜ ਤੋਂ ਬਾਅਦ ਤੇਰਾ ਮੂੰਹ ਨਹੀਂ ਦੇਖਣਾ ਮੈਂ ਫਿਰ ਦੇਖ ਲਈ ਤੂੰ ਮੇਰੀ ਗੱਲ ਸੁਣ ਲੈ ਭੈਣੇ ਐਵੇਂ ਮੈਂ ਕਿਵੇਂ ਤੋਰ ਦਿਆਂ ਮੈਂ ਵਿਚੋਲਣ ਨੂੰ ਬਰਾਉਣੀਆਂ ਗੱਲਬਾਤ ਕਰਕੇ ਮੈਂ ਫਿਰ ਭੇਜੂਗੀ ਨਹੀਂ ਭੈਣੇ ਬੈਠੀ ਰਹਿ ਤੂੰ ਨਾਲੇ ਬੈਠੀ ਰਹੇ ਵਿਚੋਲਣ ਉਹ ਉਸੇ ਦਾ ਬੇੜਾ ਬੈਠਾ ਨਪੁੱਤੀ ਦਾ ਮਾਰ ਮਾਰ ਕੇ ਮਿੱਠੀਆਂ ਗੱਲਾਂ ਉਹਨਾਂ ਦੇ ਆਏ ਆ ਉਹਨਾਂ ਦੇ ਆਏ ਆ ਆ ਉਹਨਾਂ ਦੇ ਬਿਮਾਰੀ ਦਾ ਘਰ ਮੇਰੀ ਗੱਲ ਸੁਣ ਲੈ ਔਖ ਸੌਖ ਰਿਸ਼ਤੇਦਾਰ ਰਲ ਕੇ ਕੱਟਦੇ ਹੁੰਦੇ ਨੇ ਤੇਰੇ ਵਾਂਗੂ ਨਹੀਂ ਆਈ ਵੜਤ ਪੈਂਦਾ ਹੁੰਦਾ ਸਾਨੂੰ ਤਾਂ ਲੋੜ ਨਹੀਂ ਭੈਣੇ ਇਹ ਜੇ ਰਿਸ਼ਤੇਦਾਰਾਂ ਦੀ ਨਾ ਇਹ ਜੀ ਔਖ ਸੌਖ ਦੀ ਇਹ ਤਾਂ ਜਿਹੇ ਜੇ ਹੈਗੇ ਆਪਦੇ ਘਰੇ ਚੰਗੇ ਆ ਤੁਹਾਡੇ ਨਾਲ ਨਹੀਂ ਮੈਨੂੰ ਐਂ ਦੱਸ ਕੋਈ ਗੱਲ ਨਹੀਂ ਤੂੰ ਤਾਂ ਵੀ ਤੈਨੂੰ ਲੈ ਜਾਏਗੀ ਅੱਛਾ ਜੇ ਤੇਰੀ ਧੀ ਨੂੰ ਰੋਗ ਹੁੰਦਾ ਮੇਰਾ ਪੁੱਤ ਛੱਡਿਆ ਹੁੰਦਾ ਤੇਰੇ ਘਰ 'ਚ ਮੇਰੀ ਗੱਲ ਸੁਣੋ ਸੀ ਝੂਠ ਬੋਲ ਕੇ ਰਿਸ਼ਤਾ ਨਹੀਂ ਕਰਦੇ ਤੇ ਫਿਰ ਦੱਸ ਦਿੰਦੇ ਵੀ ਆਹ ਬਿਮਾਰੀ ਸਾਡੀ ਕੁੜੀ ਨੂੰ ਤੁਸੀਂ ਤਾਂ ਸਾਡੇ ਤਾਂ ਐਡੀ ਵੱਡੀ ਲੁੱਕ ਰੱਖੀ ਹੈ ਹਲੇ ਤੂੰ ਗੱਲਾਂ ਕਰਦੀ ਹੈ ਰਿਸ਼ਤੇਦਾਰੀ ਵਾਲੀਆਂ ਆ ਗੱਲਾਂ ਕਿਹੜੀਆਂ ਕਰਦੀ ਹੈ ਤੂੰ ਨਹੀਂ ਆ ਜਾ ਕੁੜੀਏ ਹੁਣ ਅੰਦਰ ਹੀ ਬਹਿ ਗਈ ਜਾ ਕੇ ਆ ਜਾ ਚੱਲ ਪੁੱਤ ਮੇਰੀ ਗੱਲ ਸੁਣ ਤੂੰ ਐਂ ਹੁਣ ਘਰ ਛੱਡ ਕੇ ਜਾਵੇਂਗੀ ਸਾਡਾ ਪੁੱਤ ਮੇਰੀ ਗੱਲ ਸੁਣ ਮੈਂ ਤੇਰੇ ਮੂਹਰੇ ਹੱਥ ਜੋੜਦੀ ਹਾਂ ਤੂੰ ਮੇਰੇ ਪੁੱਤ ਨੂੰ ਬਿਮਾਰ ਨੂੰ ਛੱਡ ਕੇ ਨਾ ਜਾ ਹੈਂ ਸਾਡਾ ਘਰ ਛੱਡ ਕੇ ਦੱਸ ਸਾਨੂੰ ਮਨ ਦੁਖੀ ਕਰਕੇ ਜਾਂਦੀ ਹੈ ਤੂੰ ਸਾਡਾ ਮਨ ਕੀ ਕਹੂਗਾ ਬੇਬੇ ਜਾਣ ਦੇ ਇਹਨਾਂ ਨੂੰ ਬਈ ਪੁੱਤ ਰਿਸ਼ਤੇ ਕਿਹੜਾ ਰੋਜ਼ ਜੁੜਦੇ ਨੇ ਚੱਲ ਕੁੜੀਏ ਆ ਜਾ ਹੁਣ ਲਾਉਂਦੇ ਨੇ ਅੱਖਾਂ ਦੇ ਥੁੱਕ ਪਹਿਲਾਂ ਨਹੀਂ ਦਿੰਦਾ ਤੀ ਨਾ ਬੋਲਦੇ ਝੂਠ ਉਦੋਂ ਝੂਠ ਬੋਲ ਕੇ ਉਦੋਂ ਤਾਂ ਪਤਾ ਨਹੀਂ ਕੀ ਕੀ ਲੁਕੋਇਆ ਸਾਡੇ ਆ